ਸਰ ਜੀ, ਜੇਲ੍ਹ ਮੰਤਰੀ ਸਾਹਿਬ ਦੀ ਭਤੀਜੀ ਤੁਹਾਨੂੰ ਮਿਲਣ ਆਈ ਆ। ਤੁਲਸੀਦਾਸ, ਤੂੰ ਮੇਰੇ ਹਾਂਜੀ ਮੂੰਹ ਵੱਲ ਕੀ ਵੇਖਦਾ? ਉਹਨਾਂ ਨੂੰ ਬਾਜ ਤੰਦਰ ਲੈ ਕੇ ਆ। ਲਓ ਆਏ ਗਈਆਂ, ਵੈਲਕਮ ਵੈਲਕਮ ਜੀ। ਮੈਂ ਨਵਦੀਪ, ਇਹ ਮੇਰੀ ਕੁਲੀਗ ਮਨੀ। ਹੈਲੋ ਜੀ। ਮਨੀ, ਬੜੀ ਛੋਟੀ ਕਰੰਸੀ ਆ। ਜਸਟ ਕਿਡਿੰਗ, ਸਿਟ ਡਾਊਨ ਪਲੀਜ਼। ਹੁਕਮ, ਤੁਹਾਨੂੰ ਚਾਚਾ ਜੀ ਦੇ ਆਫਿਸ ਤੋਂ ਫੋਨ ਤੇ ਆ ਗਿਆ ਹੋਣਾ। ਨਾ ਵੀ ਆਇਆ ਹੁੰਦਾ ਫੇਰ ਕਿਹੜਾ ਤੁਸੀਂ ਟਾਲਣ ਵਾਲੀਆਂ ਸੀ? ਮੇਰਾ ਮਤਲਬ ਪੱਤਰਕਾਰੀਆਂ ਨੂੰ ਕੌਣ ਰੋਕ ਸਕਦਾ? ਹੁਕਮ ਕਰੋ। ਜਰਨੈਲ ਤੇ ਤਸੀਮ ਨੂੰ ਬੁਲਾ ਦਿਓ ਜਲਦੀ ਜਲਦੀ, ਫਿਰ ਇੰਟਰਵਿਊ ਸਟਾਰਟ ਕਰਦੇ ਆ। ਐਡੀਆਂ ਕਾਲੀਆਂ ਕਾਦੀਆਂ, ਬੁਲਾ ਦਿੰਨੇ ਆ, ਪਰ ਪਹਿਲਾਂ ਉਹਨਾਂ ਨੂੰ ਸਜਤਾ ਲੈਣ ਦਿਓ। ਸਜਨ ਤੇ ਚੰਦ ਦੀ ਕੀ ਲੋੜ ਹੈ? ਅਸੀਂ ਤਾਂ ਅਖਬਾਰ ਲਈ ਇੰਟਰਵਿਊ ਲੈਣ ਆਏ ਆ। ਉਹਨਾਂ ਦੀ ਤਾਂ ਇੱਥੇ ਅੱਜ ਤੱਕ ਕੋਈ ਸੂਹ ਲੈਣ ਨਹੀਂ ਆਇਆ। ਤੁਸੀਂ ਇੰਟਰਵਿਊ ਲੈਣ ਆ ਗਈਆਂ, ਅਗਲੇ ਨੂੰ ਤਾਂ ਚਾ ਆਪੇ ਚੜ੍ਹਨ, ਉਹਨਾਂ ਨੂੰ ਤਾਂ ਚੜ੍ਹਨਾ ਹੀ ਚੜ੍ਹਨਾ, ਇੱਥੇ ਸਾਲਾ ਸਾਨੂੰ ਚੜ੍ਹਿਆ ਪਿਆ। ਐਕਚੁਲੀ ਪੁਲਿਸ ਵਾਲਿਆਂ ਦਾ ਹਿਊਮਰ ਘੱਟ ਲੋਕਾਂ ਨੂੰ ਇਹ ਸਮਝ ਆਉਂਦਾ। ਤੁਸੀਂ ਪਹਿਲੀ ਵਾਰੀ ਸਾਡੇ ਕੋਲ ਆਏ ਹੋ, ਸਾਡਾ ਫਰਜ਼ ਬਣਦਾ ਤੁਹਾਡੀ ਸੇਵਾ ਕਰੀਏ, ਤੁਹਾਡਾ ਮੂੰਹ ਮਿੱਠਾ ਕਰਾਈਏ। ਤੁਲਸੀਦਾਸ ਜੀ ਸਰ, ਕਿਸੇ ਦੂਰ ਦੇ ਹਲਵਾਈ ਦੇ ਕੋਲ ਖੜ੍ਹ ਕੇ ਗਰਮ ਗਰਮ ਜਲੇਬੀਆਂ ਕਢਾ ਕੇ ਲੈ ਕੇ। ਟਾਈਮ ਜ਼ਿਆਦਾ ਨਹੀਂ ਲੱਗ ਜੂਗਾ, ਤੁਸੀਂ ਪਲੀਜ਼ ਨੇੜੇ ਵਾਲੇ ਤੋਂ ਹੀ ਮੰਗਵਾ ਦਿਓ। ਨੇੜੇ ਵਾਲੇ ਜੀ ਸਾਡੇ ਨਾਲ ਉਧਾਰ ਨਹੀਂ ਕਰਦੇ, ਹਫ਼ਤੇ 'ਚ 5-7 ਦਿਨ ਖਾਣ ਪੀਣ ਦਾ ਸਮਾਨ ਕੀ ਮੰਗਾ ਲੈਂਦੇ ਸੀ, ਸਾਲੇ ਬਗਾਰੀ ਸਮਝਣ ਲੱਗ ਪਏ। ਤੁਲਸੀਦਾਸ ਜੀ, ਕੁੜੀਆਂ ਕੀ ਆ ਗਈਆਂ ਯਾਰ, ਤੂੰ ਹਿੱਲਣ ਦਾ ਨਾਂ ਹੀ ਨਹੀਂ ਲੈਂਦਾ। ਸਰ ਚਲੋ ਸ਼ਾਬਾਸ਼, ਗੱਲ ਸੁਣ ਸਰ, ਨਾਲ ਬਰਫੀ ਤੇ ਪਾਰਲੇ ਤੇ ਬਿਸਕੁਟ ਵੀ ਲੈ ਕੇ ਆਉਣੇ। ਪਾਰਲੇ ਨਹੀਂ, ਪਾਰਲੇ ਜੀ ਹੁੰਦਾ। ਜੀ ਤਾਂ ਪੁਲਿਸ ਵਾਲੇ ਕਦੇ ਆਪਣੇ ਪਿਓ ਨੂੰ ਨਹੀਂ ਕਹਿੰਦੇ, ਪਾਰਲੇ ਵਾਲੇ ਤਾਂ ਸਾਡੇ ਕੀ ਲੱਗਦੇ ਆ, ਉਹ ਇਹ ਪੈਸਾ ਦੇਣਾ ਗੱਜ ਪੜਵਾਉਣਾ, ਚਾਹੇ ਉਧਾਰ ਹੀ ਸਹੀ। ਤੁਲਸੀਦਾਸ ਜੀ ਸਰ, ਆਰਾਮ ਨਾਲ ਆਈ, ਜਲੇਬੀਆਂ ਠੰਡੀਆਂ ਨਾ ਹੋ ਜਾਣ। ਸਰ ਜਦ ਤੱਕ ਜਲੇਬੀਆਂ ਆਉਂਦੀਆਂ ਤੁਹਾਨੂੰ ਜੇਲ੍ਹ ਯਾਤਰਾ ਨਾ ਕਰਾਈ, ਮੇਰਾ ਮਤਲਬ ਜੇਲ੍ਹ ਦਾ ਮੁਆਇਨਾ। ਲਓ ਜੀ ਫਿਰ ਕਰੋ ਦਰਸ਼ਨ ਜੇਲ੍ਹ ਬੱਸੀ ਪਠਾਣਾ ਦੇ। ਇਹ ਹੈ ਉਹ ਇਤਿਹਾਸਕ ਥੜਾ ਜਿੱਥੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੇ ਸਰਦਾਰ ਊਧਮ ਸਿੰਘ ਅਕਸਰ ਬੈਠਿਆ ਕਰਦੇ ਸੀ। ਸਰ ਮੈਂ ਹਿਸਟਰੀ 'ਚ MA ਕੀਤੀ ਹੈ ਤੇ ਜਿੰਨਾ ਕੁ ਵੀ ਮੈਂ ਪੜ੍ਹਿਆ ਇਹ ਦੋਨੋਂ ਸ਼ਹੀਦ ਇਸ ਜੇਲ੍ਹ ਦੇ ਵਿੱਚ ਕਦੇ ਵੀ ਨਹੀਂ ਆਏ। ਬੀਬਾ ਜੀ, ਹੋ ਸਕਦਾ ਤੁਹਾਡੇ ਕੋਲੋਂ ਇੱਕ ਅੱਧਾ ਪੰਨਾ ਪੜ੍ਹਨ ਤੋਂ ਰਹਿ ਗਿਆ ਹੋਵੇ। ਅੰਦਰਲੀ ਗੱਲ ਤੁਹਾਨੂੰ ਮੈਂ ਦੱਸਦਾ, ਇਹ ਜਿਹੜੇ ਅੰਗਰੇਜ਼ ਹੁੰਦੇ ਸੀ ਨਾ ਗੋਰੇ, ਇਹ ਬੜੀ ਸ਼ਤਾਬਦੀ ਟੁੱਟੀ ਹੁੰਦੇ ਸੀ। ਉਹਨਾਂ ਨੂੰ ਇੱਕ ਗੱਲ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਸੀ ਕਿ ਜੇ ਇਹਨਾਂ ਦੇ ਸਾਥੀਆਂ ਨੂੰ ਪਤਾ ਲੱਗ ਗਿਆ ਕਿ ਦੋਵੇਂ ਇਨਕਲਾਬੀ ਇਸ ਜੇਲ੍ਹ 'ਚ ਨੇ, ਉਹ ਕਿਸੇ ਵੇਲੇ ਵੀ ਇਹਨਾਂ ਨੂੰ ਛੁਡਾ ਕੇ ਲਿਆ ਸਕਦੇ ਆ। ਇਸ ਕਰਕੇ ਉਹ ਦੱਸਦੇ ਕਿਤੇ ਹੋਰ ਹੁੰਦੇ ਸੀ ਤੇ ਇਹਨਾਂ ਨੂੰ ਰੱਖਦੇ ਕਿਤੇ ਹੋਰ ਹੁੰਦੇ ਸੀ। ਸਰ ਤੁਸੀਂ ਹਿਸਟਰੀ ਦੇ ਸਟੂਡੈਂਟ ਨੂੰ ਨਾ ਝੂਠਾ ਸਿੱਧ ਕਰ ਰਹੇ ਹੋ। ਅੱਛਾ ਜੀ, ਇਹਦਾ ਮਤਲਬ ਸਰਕਾਰ ਮੇਰੇ ਨਾਲ ਹੁਣ ਤੱਕ ਝੂਠੀ ਬੋਲਦੀ ਰਹੀ? ਮੈਂ ਤਾਂ ਸਪੈਸ਼ਲ ਕਹਿ ਕੇ ਆਪਣੀ ਟ੍ਰਾਂਸਫਰ ਇਸ ਜੇਲ੍ਹ 'ਚ ਕਰਾਈ ਆ ਕਿ ਮੇਰੀ ਤਨਖਾਹ ਭਾਵੇਂ 5,000 ਘੱਟ ਕਰ ਦਿਓ, ਪਰ ਜੇਲਰ ਜਲੌਰ ਸਿੰਘ ਜੌਲ ਸੇਵਾ ਕਰੂਗਾ ਤਾਂ ਸ਼ਹੀਦਾਂ ਦੀ ਜੇਲ੍ਹ 'ਚ ਕਰੂਗਾ। ਜੌਹਲ ਸਾਹਿਬ, ਤੁਹਾਡੇ ਵਿਚਾਰ ਨਾ ਬੜੇ ਹੀ ਚੰਗੇ ਨੇ, ਪਰ ਮੈਨੂੰ ਨਾ ਤੁਹਾਡੇ IQ ਤੇ ਤਰਸ ਆ ਰਿਹਾ। ਤਰਸ ਤਾਂ ਮੈਨੂੰ ਇਹਨਾਂ ਕੈਦੀਆਂ ਤੇ ਆ ਰਿਹਾ ਜਿਨ੍ਹਾਂ ਕੋਲੋਂ ਮੈਂ ਪਿਛਲੇ 19 ਸਾਲਾਂ ਤੋਂ ਇਸ ਨੌਨ ਇਤਿਹਾਸਕ ਥੜੇ ਤੇ ਮੱਥੇ ਟਿਕਾਈ ਗਿਆ। ਹੁਣ ਤੁਸੀਂ ਜਰਨੈਲ ਤੇ ਤਸੀਮ ਨਾਲ ਮਿਲਵਾਓਗੇ ਸਾਨੂੰ? ਹਾਂ ਮਿਲਾਵਾਂਗੇ, ਮਿਲਾਵਾਂਗੇ, ਕਿਉਂ ਨਹੀਂ ਮਿਲਾਵਾਂਗੇ, ਪਰ ਉਸ ਤੋਂ ਪਹਿਲਾਂ ਜਿਹੜੀਆਂ ਜਲੇਬੀਆਂ ਮੰਗਵਾਈਆਂ ਪਹਿਲਾਂ ਉਹ ਤਾਂ ਛਕਾ ਦਈਏ, ਹੋਰ ਨਾ ਕਿਤੇ ਪਈਆਂ ਪਈਆਂ ਸਿੱਧੀਆਂ ਹੋ ਜਾਣ। ਚਲੋ ਜੀਪ ਵਾਲੇ ਬੰਦੇ ਜਰਨੈਲ, ਮੈਨੂੰ ਤਾਂ ਐਂ ਸੀ ਕਿਤੇ ਬਲਜੀਤ ਹੀ ਹੋਊਗਾ, ਪਰ ਲੱਗਦਾ ਲੋਕਾਂ ਨੂੰ ਘਰ ਵਾਲੀ ਤੋਂ ਜ਼ਿਆਦਾ ਜੀਪਾਂ ਪਿਆ। ਓ ਪਲੀਜ਼, ਉਹ ਭਰਾਵਾ ਜੇ ਫੜੇ ਗਏ ਨਾ ਤਾਂ ਕੁੜੀ ਭਜਾਉਣਾ ਤੂੰ ਆਪਣੇ ਸਿਰ ਲੈ ਲਈ, ਜੀਪ ਚੋਰੀ ਮੈਂ ਆਪਣੇ ਸਿਰ ਲੈ ਲੂੰਗਾ, ਨਹੀਂ ਤਾਂ ਬੁੱਗੂ ਕਹੂਗਾ ਮੇਰੀ ਮਾਂ ਕੀ ਗਈ, ਮੇਰਾ ਪਿਓ ਲੋਕਾਂ ਦੀਆਂ ਧੀਆਂ ਭੈਣਾਂ ਕੱਢਣ ਲੱਗ ਗਿਆ।
ਉਹ ਤੂੰ ਚੁੱਪ ਕਰਕੇ ਬਹਿ ਜਾ, ਕੁਝ ਨਹੀਂ ਹੁੰਦਾ। ਚੱਲ 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 ਚੱਲ। ਉਹ ਯਾਰ ਮੱਠੀ ਚ ਲੂਣ ਹੈ ਨੀ, ਚਾਹ ਚ ਮਿੱਠਾ ਹੈ ਨੀ, ਇਹਨੂੰ ਕਹਿ ਮਿੱਠਾ ਹੋਰ ਪਾਵੇ ਥੋੜਾ ਜਿਹਾ। ਟਾਈਮ ਘੱਟ ਹੈ ਸਰ, ਪਹਿਲਾਂ ਜੀਜੇ ਨੂੰ ਲੱਭ ਲਈਏ। ਜਦ ਤੱਕ ਜੀਜਾ ਨਹੀਂ ਲੱਭਦਾ ਫਿੱਕੀ ਚਾਹ ਪੀਣਾ ਨਹੀਂ ਜੀ। ਹੈ ਬਸ ਇੱਕ ਜਲੇਬੀ। ਮੈਂ ਮਿੱਠਾ ਜ਼ਿਆਦਾ ਨਹੀਂ ਖਾਂਦੀ। ਕੀ ਜ਼ਿਆਦਾ ਖਾਂਦੇ ਹੋ? ਆਪਾਂ ਉਹ ਮੰਗਾ ਲੈਂਦੇ। ਐਕਚੁਅਲੀ ਅਸੀਂ ਡਾਈਟਿੰਗ ਦੇ ਆ, ਇਸ ਕਰਕੇ ਨਹੀਂ ਖਾਂਦੇ। ਡਾਈਟਿੰਗ ਤੇ ਆ ਤੁਹਾਡੀ ਉਮਰ ਆ ਡਾਈਟਿੰਗ ਦੀ? ਓਏ ਮਿੱਠਾ ਖਾਓ, ਤਕੜੀਆਂ ਹੋਵੋ, ਕੱਲ ਨੂੰ ਤੁਸੀਂ ਵਿਆਹ ਕਰਾਉਣੇ ਆ, ਜਵਾਕ ਜੰਮਣੇ ਆ। ਫੋਰ ਯੂਰ ਕਾਈਂਡ ਇਨਫੋਰਮੇਸ਼ਨ, ਮਿੱਠਾ ਖਾ ਕੇ ਨਹੀਂ ਜਵਾਕ ਜੰਮੇ ਜਾਂਦੇ। ਉਹ ਤਾਂ ਮੈਨੂੰ ਪਤਾ, ਖੱਟਾ ਖਾ ਕੇ ਜੰਮੇ ਜਾਂਦੇ ਆ। ਜਲ ਸਾਹਿਬ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਪਏ ਹੋ? ਪਲੀਜ਼ ਜਰਨੈਲ ਤੇ ਤਸੀਮ ਨੂੰ ਬੁਲਾ ਦਿਓ। ਓ ਸ਼ੋਰ, ਵਾਈ ਨਾਟ ਵਾਈ ਨਾਟ। ਐਕਸਕਿਊਜ਼ ਮੀ ਐਕਸਕਿਊਜ਼ ਮੀ ਜੀ। ਹੈਲੋ, ਜੇ 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 ਸਪੀਕਿੰਗ। ਜੈ ਹਿੰਦ ਸਰ। ਸਰ ਮੈਂ ਭੁੱਖਾ ਪਿਆਸਾ ਰਹਿ ਕੇ ਤਰਸੇਮ ਨੂੰ ਲੱਭ ਲਿਆ, ਜਰਨੈਲ ਵੀ ਨਾਲ ਹੀ ਆ ਸਰ। ਮੈਨੂੰ ਕੀ ਦੱਸਦਾ, ਕਦੇ ਦਾਈਆਂ ਤੋਂ ਵੀ ਪੇਟ ਛੁਪਿਆ? ਔਰ ਮੈਨੂੰ ਤੇ ਘੰਟਾ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਦੋਏ ਮੱਛੀਆਂ ਜੇਲ੍ਹ 'ਚ ਆ ਰਹੀਆਂ। ਸਰ ਤੁਹਾਨੂੰ ਪਤਾ ਲੱਗ ਗਿਆ ਸੀਗਾ ਤਾਂ ਮੈਨੂੰ ਵੀ ਦੱਸ ਦਿੰਦੇ, ਮੈਂ ਐਵੇਂ ਭੁੱਖਾ ਮਰਿਆ ਇੱਥੇ। ਔਰ ਬਹਾਦਰ ਸਿੰਘ, ਗਿਲੇ ਸ਼ਿਕਵੇ ਕਦੇ ਫੇਰ ਕਰ ਲਾਂਗੇ ਯਾਰ, ਸਮਝਿਓ ਕਰ। ਹਾਂ ਠੀਕ ਹੈ ਸਰ, ਤੂੰ ਬਸ ਜਲਦੀ ਦੋਏ ਮੱਛੀਆਂ ਸਹੀ ਸਲਾਮਤ ਲੈ ਕੇ ਇੱਥੇ ਪਹੁੰਚ। ਸਰ ਅਸੀਂ ਕੋਈ ਮੱਛੀ ਮੁੱਛੀ ਨਹੀਂ ਖਾਣੀ, ਤੁਸੀਂ ਫਟਾਫਟ ਉਹਨਾਂ ਦੋਨਾਂ ਨੂੰ ਬੁਲਾਓ। ਇੱਕ ਮਿੰਟ ਇੱਕ ਮਿੰਟ, ਛੋਟੇ ਭੀਮ ਦਾ ਕੀ ਕਰ ਰਿਹਾ ਸਰ? ਉਹ ਯਾਰ ਆਪਾਂ ਕੀ ਕਰਨਾ, ਆਪਾਂ ਨੂੰ ਕੁਛ ਕਹਿੰਦਾ ਨਾਲ ਲੈ ਆ, ਆਪੇ ਬੋਰੀ ਨਾਲ ਸੇਬਾਂ ਲਟਕਦਾ ਰਹੂ। ਸਰ ਇਹ ਤਾਂ ਦੱਸ ਦੋ ਮਗਰ ਮਾਮੇ ਨੇ। ਮਾਮੇ ਕਿਹਨੂੰ ਕਿਹਾ ਹੋਇਆ? ਤੁਹਾਨੂੰ ਨੀ ਸਰ, ਮੈਂ ਤਾਂ ਉਹ ਪੁਲਿਸ ਵਾਲਿਆਂ ਨੂੰ ਕਿਹਾ ਜੀ। ਮੈਂ ਸਾਲੇ ਯਾਰ ਡਾਕੀਆ? ਨਹੀਂ ਸਰ, ਇੱਥੇ ਛੋਟੇ ਹੁੰਦੇ ਤਾਂ ਮਾਮੇ ਹੀ ਕਹਿੰਦੇ ਆਇਆ ਜੀ। ਤੂੰ ਵੀ ਛੋਟਾ ਸੀ। ਤੁਸੀਂ ਇਹਨੂੰ ਛੱਡੋ ਜੀ, ਜੀਜੇ ਨੂੰ ਫੜੋ। ਆਜੋ ਆਜੋ ਫੜ ਲਓ। ਮੈਨੂੰ ਤਾਂ ਛੱਡ ਦੇ ਪਤੰਦਰ। ਛੱਡ ਦੇ ਜੀ, ਪਰਾਂ ਹਟੋ ਜੀ, ਅਸੀਂ ਚੋਰੀ ਦੀ ਜੀਪ ਫੜਨੀ ਹੈ। ਤੁਸੀਂ ਕਿਉਂ ਫੜਨੀ ਹੈ ਬ੍ਰਦਰ? ਓਏ ਅਸੀਂ ਪੁਲਿਸ ਵਾਲੇ ਹਾਂ। ਅੱਜ ਕੱਲ ਬਹੁਤ ਨਕਲੀ ਪੁਲਿਸ ਵਾਲੇ ਬਣੀ ਫਿਰਦੇ ਆ। ਹਾਂ, ਆਈ ਕਾਰਡ ਚੈੱਕ ਕਰਾਓ। ਆਈ ਕਾਰਡ? ਆਈ ਕਾਰਡ ਤਾਂ ਠੀਕ ਹੈ, ਥੈਂਕ ਯੂ। ਹੁਣ ਤੁਸੀਂ ਆਪਣਾ ਆਈ ਕਾਰਡ ਦਿਖਾ ਸਕਦੇ ਹੋ? ਪਰ ਅਖਬਾਰ ਵਿੱਚ ਨਾਲੇ ਕੋਲ ਤਾਂ ਹੁੰਦਾ ਨਹੀਂ ਨਾ ਆਈ ਕਾਰਡ। ਯਾਰ ਮੇਰੇ ਬਾਰੇ ਗੱਲ ਹੋ ਰਹੀ ਹੈ, ਆਈ ਕਾਰਡ ਕੇ ਹੈ ਨਾ? ਹਾਂ ਲਓ, ਹੁਣੇ ਦਿਖਾ ਦਿੰਦੇ। ਦਿਖਾਓ ਦਿਖਾਓ ਆਈ ਕਾਰਡ। ਮੈਨੂੰ ਲੱਗਦਾ ਹੈ ਗਲਤੀ ਨਾਲ ਬੱਚੇ ਅੱਜ ਸਕੂਲ ਲੈ ਗਏ। ਉਹ ਠੀਕ ਹੈ ਠੀਕ ਹੈ, ਹੁਣ ਸਾਡਾ ਟਾਈਮ ਵੇਸਟ ਨਾ ਕਰੋ ਤੇ ਸਾਨੂੰ ਜਾਣ ਦਿਓ। ਐਵੇਂ ਕਿਵੇਂ ਜਾਣ ਦਈਏ, ਕੀ ਪਤਾ ਅਸੀਂ ਨਕਲੀ ਪੁਲਿਸ ਵਾਲੇ ਹੋਈਏ। ਉਹ ਅਸੀਂ ਮੰਨ ਲਿਆ ਕਿ ਤੁਸੀਂ ਅਸਲੀ ਪੁਲਿਸ ਹੋ, ਸਾਨੂੰ ਹੁਣ ਜਾਣ ਦਿਓ। ਇੱਕ ਪੁਲਿਸ ਵਾਲੇ ਨੂੰ ਦੂਜੇ ਪੁਲਿਸ ਵਾਲੇ ਦੀ ਗੱਲ ਸਮਝਣੀ ਚਾਹੀਦੀ ਹੈ। ਦੇਖੋ ਜੀ, ਰਿਸ਼ਤਾ ਆਪਣੀ ਥਾਂ ਤੇ ਹੈ, ਲੇਖਾ ਮਾਵਾਂ ਧੀਆਂ ਦਾ, ਆਈ ਕਾਰਡ ਤਾਂ ਚੈੱਕ ਕਰਨਾ ਬਣਦਾ। ਇਹ ਬਲਾਈਂਡ ਫੇਰ ਤਾਂ ਮਰਵਾਉਂਦਾ ਬੰਦੇ ਨੂੰ। ਹਾਂਜੀ, ਆਈ ਕਾਰਡ ਤਾਂ ਅੱਜ ਮੈਂ ਚੈੱਕ ਕਰਵਾ ਕੇ ਹੀ ਭੇਜੂ ਤੁਹਾਨੂੰ, ਭਾਵੇਂ ਛੋਟੇ ਭੀਮ ਨੂੰ ਘਰ ਨਾ ਭੇਜਣਾ ਪਏ। ਜਨਾਬ ਉਹਦਾ ਬਹੁਤ ਸਖਤ ਨੇ, ਰੋਜ਼ ਜਿੰਨੀ ਦੇਰ ਆਪਣੇ ਘਰ ਵਾਲੀ ਦਾ ਮੈਰਿਜ ਸਰਟੀਫਿਕੇਟ ਚੈੱਕ ਨਾ ਕਰ ਲੈਣ ਨਾ, ਉਹਨੂੰ ਬੈਡਰੂਮ 'ਚ ਨਹੀਂ ਬਣ ਦਿੰਦੇ।
ਜੌਹਲ ਸਾਹਿਬ, ਅਸੀਂ ਆਪਣੇ ਆਫਿਸ ਰਿਪੋਰਟ ਕਰਨੀ ਹੈ। ਪਲੀਜ਼ ਉਹਨਾਂ ਦੋਵਾਂ ਨੂੰ ਬੁਲਾ ਦਿਓ। ਨਵਦੀਪ ਜੀ, ਮੈਂ ਤੁਹਾਡੇ ਕੋਲ ਇੱਕ ਸਲਾਹ ਲੈਣੀ ਚਾਹੁੰਦਾ। ਮੇਰਾ ਇੱਕ ਦੂਰ ਦਾ ਕਜ਼ਨ, ਉਹਦਾ ਇੱਕ ਜਵਾਕ ਆ, ਪਤਾ ਨਹੀਂ ਮੁੰਡਾ ਪਤਾ ਨਹੀਂ ਕੁੜੀ ਆ, ਪਲੱਸ ਟੂ ਕਰ ਲਈ, ਸ਼ਾਇਦ ਐਤਕੀ ਕਰ ਲਵੇ। ਤਿੰਨਾਂ ਸਾਲਾਂ ਨੂੰ ਉਹਨੇ BA ਵੀ ਕਰ ਲੈਣੀ ਹੈ। ਮੈਂ ਸੋਚਦਾ ਵੀ ਜੇ ਉਹਨੂੰ ਜਰਨਲਿਜ਼ਮ ਦੀ ਪੋਸਟ ਗ੍ਰੈਜੂਏਸ਼ਨ ਕਰਵਾਈ ਜਾਵੇ ਤਾਂ ਕਿ ਤੁਹਾਡੇ ਵਾਂਗੂ ਰਿਪੋਰਟਰ ਬਣਾ ਦਈਏ, ਕਿਵੇਂ ਰਹੂਗਾ? ਉਹ ਮੁੰਡਾ ਜਾਂ ਕੁੜੀ ਪਤਾ ਨਹੀਂ ਕਦੋਂ BA ਕਰੂ, ਪਤਾ ਨਹੀਂ ਕਦੋਂ ਜਰਨਲਿਜ਼ਮ ਕਰੂ, ਪਤਾ ਨਹੀਂ ਕਦੋਂ ਰਿਪੋਰਟਰ ਬਣੂ। ਆ ਤੁਹਾਡੇ ਸਾਹਮਣੇ ਦੋ ਬਣੀਆਂ ਬਣਾਈਆਂ ਰਿਪੋਰਟਰਾਂ ਬੈਠੀਆਂ, ਤੁਸੀਂ ਉਹਨਾਂ ਦੇ ਪੱਲੇ ਤੇ ਕੁਛ ਪਾ ਨਹੀਂ ਰਹੇ। ਜੌਹਲ ਸਾਹਿਬ, ਜੇ ਤੁਸੀਂ 5 ਮਿੰਟ ਵਿੱਚ ਉਹਨਾਂ ਨੂੰ ਨਹੀਂ ਬੁਲਾਇਆ ਨਾ, ਤੇ ਮੈਂ ਚਾਚਾ ਜੀ ਨੂੰ ਫੋਨ ਕਰ ਦੂੰਗੀ। ਅੱਛਾ ਜੀ, ਜੇ ਇੰਨੇ ਪਿਆਰ ਨਾਲ ਤੁਸੀਂ ਪਹਿਲਾਂ ਸਮਝਾਇਆ ਹੁੰਦਾ, ਮੈਂ ਕਦੋਂ ਦਾ ਮਿਲਣ ਦਾ ਪ੍ਰਬੰਧ ਕਰ ਦੇਣਾ ਸੀ। ਕਮਾਲ, ਮੈਂ ਹੁਣੇ ਹੀ ਬੁਲਾਉਣਾ ਉਹਨਾਂ ਨੂੰ, ਹੁਣੇ। ਸੌਰੀ, ਡੰਡਾ ਚੱਕਣਾ ਸੀ। ਰਣਜੀਤ ਸਿੰਘ ਜੀ, ਜੇ ਸੱਚੀ ਵਰਦੀ ਲੈ ਗਈ ਆਪਾਂ ਕਰਾਂਗੇ ਕੀ? ਕਰਨਾ ਕੀ ਆ, ਮੇਰੇ ਕੋਲ ਤਾਂ ਪੈਲੀ ਹੈਗੀ, ਤੂੰ ਆਪਦਾ ਸੋਚ। ਮੈਂ ਤੁਹਾਡਾ ਸਿਰ ਹੀ ਲੱਗ ਜੂ ਸਾਹਿਬ। ਆ ਗਏ ਯਾਰ, ਕੁੜੀਆਂ ਤਾਂ ਹੁਣ ਧਮਕੀਆਂ 'ਤੇ ਉਤਰੇ ਆਈਆਂ, ਸਮਝ ਨਹੀਂ ਆਉਂਦੀ ਕੀ ਕਰੀਏ। ਸਰ ਜੀ, ਉਹਨਾਂ ਨੂੰ ਗੱਲਾਂ 'ਚ ਲਾ ਕੇ ਟਾਈਮ ਟਪਾਓ, ਜਦ ਤੱਕ ਕੈਦੀ ਵੀ ਆ ਜਾਣਗੇ। ਉਹ ਤੁਲਸੀਦਾਸ ਹੁਣ ਕਿੰਨੀਆਂ ਕੁ ਗੱਲਾਂ ਮਾਰਾਂ, ਜਿੰਨੀਆਂ ਇੱਕ PPS ਆਫਿਸਰ ਦੇ ਜਬੜੀਆਂ ਮਾਰਨ ਦੀ ਲਿਮਿਟ ਹੁੰਦੀ ਆ, ਤਾਂ ਕਿਤੇ ਵੱਧ ਮਾਰ ਚੁੱਕੇ। ਜਨਾਬ, ਮੇਰੀ ਮੰਨੋ, ਤੁਸੀਂ ਕੁੜੀਆਂ ਨੂੰ ਸੱਚ ਬੋਲ ਕੇ ਕੌਨਫੀਡੈਂਸ 'ਚ ਲੈ ਲਓ। ਮੇਰਾ ਤਾਂ ਸਾਲਾ ਆਪਣਾ ਕੌਨਫੀਡੈਂਸ ਹਿੱਲਿਆ ਪਿਆ, ਉਹਨਾਂ ਨੂੰ ਸਵਾਲ ਆ। ਸਮਝ ਨਹੀਂ ਆਉਂਦੀ ਹੁਣ ਖੜੇ ਪੈਰ ਕਿੱਥੋਂ ਲਿਆ ਮੈਂ ਜਰਨੈਲ 'ਤੇ, ਦੱਸੇ ਸਾਲੀ ਮੁਸੀਬਤ 'ਤੇ ਮੁਸੀਬਤ, ਪਤਾ ਨਹੀਂ ਕਦੋਂ ਬਹੁਣਗੇ। ਤੁਲਸੀਦਾਸ ਜੀ, ਜਨਾਬ, ਪਿਛਲੇ ਮਹੀਨੇ ਕਤਲ ਕੇਸ ਵਿੱਚ ਜਿਹੜੇ 5 ਕੈਦੀ ਉਮਰ ਕੈਦ ਦੀ ਸਜ਼ਾ ਕੱਟਣ ਆਏ ਨੇ, ਭਲਾ ਉਹਨਾਂ 'ਚੋਂ 2 ਦਾ ਨਾਂ ਜਰਨੈਲ 'ਤੇ ਤਰਸੇਮ ਨਹੀਂ? ਨਾਂ ਤਾਂ ਇਹੀ ਆ ਬਸ। ਕੁੜੀਆਂ ਨੇ ਇਹੀ ਕਿਹਾ ਨਾ ਕਿ ਸਾਨੂੰ ਜਰਨੈਲ 'ਤੇ ਤਰਸੇਮ ਮਿਲਾਓ, ਇਹ ਤਾਂ ਨਹੀਂ ਨਾ ਕਿਹਾ ਕਿ ਰਿਹਾ ਹੋਣ ਵਾਲੇ ਜਰਨੈਲ 'ਤੇ ਤਰਸੇਮ ਮਿਲਾਓ। ਅੱਛਾ, ਤੁਸੀਂ ਹੋ ਜਰਨੈਲ ਤੇ ਤੁਸੀਂ ਹੋ ਤਰਸੇਮ। ਤੁਸੀਂ ਦੱਸੋ ਕਿ ਵਿਸਾਖੀ ਦੇ ਮੌਕੇ ਤੇ ਤੁਹਾਨੂੰ ਦੋਹਾਂ ਨੂੰ ਰਿਹਾ ਕੀਤਾ ਜਾ ਰਿਹਾ, ਕਿੱਦਾਂ ਦਾ ਲੱਗ ਰਿਹਾ ਤੁਹਾਨੂੰ? ਓ ਬੀਬੀ, ਆ ਕੋਈ ਨਵੀਂ 3rd ਡਿਗਰੀ ਹੈ? ਨਹੀਂ ਨਹੀਂ, ਸੱਚੀ ਰਿਹਾ ਕੀਤਾ ਜਾ ਰਿਹਾ ਤੁਹਾਨੂੰ। ਸਰਕਾਰ ਨੇ ਤੁਹਾਡੇ ਵਰਤਾਓ ਤੋਂ ਖੁਸ਼ ਹੋ ਕੇ ਨਾ ਥੋੜੀ ਸਜ਼ਾ ਹੀ ਮਾਫ਼ ਕਰ ਦਿੱਤੀ ਹੈ। ਕਿੱਦਾਂ ਦਾ ਫੀਲ ਕਰ ਰਹੇ ਹੋ? ਫੀਲ? ਸਰਕਾਰ ਦਾ ਦਿਮਾਗ ਹਿੱਲ ਗਿਆ। ਆ ਫੀਲ ਕਰ ਰਹੇ ਸੀ, 14 ਸਾਲ ਲਈ ਇੱਥੇ ਆਏ ਹਾਂ, 14 ਸਾਲ ਲਈ। ਤੁਹਾਨੂੰ ਗਲਤ ਫਹਿਮੀ ਹੋਈ ਹੈ, ਤੁਸੀਂ 14 ਸਾਲ ਲਈ ਅੰਦਰ ਨਹੀਂ ਆਏ। ਇੱਥੋਂ ਦੇ MLA ਇਹਨਾਂ ਦੇ ਚਾਚਾ ਜੀ ਨੇ, ਤੇ ਉਹਨਾਂ ਨੇ ਨਾ ਤੁਹਾਡੀ ਬਾਕੀ ਦੀ ਸਜ਼ਾ ਮਾਫ਼ ਕਰ ਦਿੱਤੀ। ਕਿੰਨੇ ਤਰੀਕ ਹੈ ਅੱਜ? 13 ਅਪ੍ਰੈਲ। 13 ਅਪ੍ਰੈਲ ਤੇ ਮੂਰਖ ਤੂੰ ਸਾਨੂੰ 1 ਅਪ੍ਰੈਲ ਵਾਂਗ ਬਣਾ ਰਹੀ ਹੈਂ? ਓ ਬੀਬੀ, ਜਿਸ ਜੇਲ੍ਹ ਦੇ ਵਿੱਚ ਕੈਦੀਆਂ ਦੀ ਫੀਲਿੰਗ ਦੇ ਨਾਲ ਇਹੋ ਜਿਹਾ ਮਖੌਲ ਕਰਦੇ ਆ ਨਾ, ਤੁਸੀਂ ਦੱਸੋ ਉੱਥੇ ਅਸੀਂ 14 ਸਾਲ ਕਿਵੇਂ ਕੱਟ ਸਕਦੇ ਹਾਂ? ਉਹ ਵੜ ਗਈ ਤੁਹਾਡੀ ਸਜ਼ਾ ਮਾਫੀ ਭਾਂਡੇ ਦੇ ਵਿੱਚ, ਤੁਸੀਂ ਸਾਨੂੰ ਫਾਂਸੀ ਕਰਾ ਦਿਓ। ਬਸ ਉਹ ਅਸੀਂ ਨਹੀਂ ਕੱਢਣੇ ਇੱਥੇ ਕੋਈ 14-14 ਸਾਲ। ਕਿਹੜੇ 14 ਸਾਲ? ਉਹ ਤੁਸੀਂ ਦੱਸੋ ਕਿਹੜੇ ਕਾਨੂੰਨ 'ਚ ਲਿਖਿਆ ਹੈ ਕਿ 2 ਕਿਲੋ ਫੀਮ ਤੇ 1 ਥੱਪੜ ਦੀ ਸਜ਼ਾ 14 ਸਾਲ? ਹਾਂ, ਬੜੇ
ਕਿੰਨੇ ਜਾਹਿਲ ਲੋਕ ਨੇ, ਮੂੰਹ ਤੇ ਪੰਜੇ ਦਾ ਨਿਸ਼ਾਨ ਹੀ ਚੜਤਾ ਤੇ ਸਰਕਾਰ ਇਹਨਾਂ ਨੂੰ ਚੰਗੇ ਵਿਹਾਰ ਲਈ ਰਿਹਾ ਕਰ ਰਹੀ ਹੈ। ਆਲਨ ਦੇ ਚਾਚਾ ਜੀ ਨੂੰ ਮੈਂ ਦੱਸਦੀ ਹਾਂ ਉਹਨਾਂ ਨੂੰ। ਓਏ ਤੂੰ ਕੁੜੀ ਦੇ ਥੱਪੜ ਕਿਉਂ ਮਾਰਿਆ? ਅਸੀਂ ਇੰਨੀ ਮੁਸ਼ਕਿਲ ਨਾਲ ਕਤਲ ਕੀਤਾ ਤੇ ਉਹ ਸਾਨੂੰ ਥੱਪੜ ਮਾਰ ਬਣਾਈ ਜਾਂਦੀ। ਓਏ ਐਮਐਲਏ ਦੀ ਭਤੀਜੀ ਹੈ, ਹੋ ਸਕਦਾ ਉਹਦੀ ਗੱਲ 'ਚ ਕੋਈ ਸੱਚਾਈ ਹੋਵੇ। ਸੱਚਾਈ ਹੋਵੇ, ਆ ਗਿਆ ਉਹਦੀਆਂ ਗੱਲਾਂ 'ਚ। ਮੈਨੂੰ ਇਹ ਦੱਸ ਕਿਹੜੇ ਮੁਲਕ 'ਚ ਸਰਕਾਰ ਕਤਲ ਦੀ ਸਜ਼ਾ ਇੱਕ ਮਹੀਨੇ 'ਚ ਮਾਫ਼ ਕਰ ਦਿੰਦੀ ਹੈ? ਓਏ ਇਹਨਾਂ ਲੀਡਰਾਂ ਨੂੰ ਸਾਡੇ ਵਰਗੇ ਖੁੰਖਾਰ ਬੰਦਿਆਂ ਦੀ ਲੋੜ ਹੁੰਦੀ ਹੈ ਜਿਹੜੇ ਕੁਛ ਵੀ ਕਰ ਸਕਣ। ਓਏ ਹੋ ਸਕਦਾ ਉਸ ਐਮਐਲਏ ਨੇ ਕੋਈ ਗਾਟੀ ਪਾ ਕੇ ਸਾਡੀ ਸਜ਼ਾ ਮਾਫ਼ ਕਰਾਈ ਹੋਵੇ। ਗੱਲ ਤੇਰੀ 'ਚ ਦਮ ਆਏਗਾ, ਹੈਗਾ ਦਮ। ਗੱਲ ਸੁਣ, ਇੱਥੇ ਜੇਲ੍ਹ 'ਚ ਸੜਨ ਨਾਲੋਂ ਚੰਗਾ ਇਹ ਹੈ ਕਿ ਆਪਾਂ ਐਮਐਲਏ ਦੇ ਟੱਟੂ ਬਣ ਕੇ ਰਹੀ ਜਾਵਾਂਗੇ। ਉਹ ਤਾਂ ਠੀਕ ਹੈ, ਪਰ ਆਹ ਜਿਹੜਾ ਤੂੰ ਕੁੜੀ ਦੇ ਥੱਪੜ ਮਾਰਦਾ, ਜੇ ਉਹਨੇ ਆਪਣੇ ਚਾਚੇ ਨੂੰ ਕਹਿ ਕੇ ਕਿਤੇ ਸਾਡੀ ਮਾਫ਼ੀ ਕੈਂਸਲ ਕਰਾਤੀ ਫਿਰ? ਯਾਰ ਉਹਨਾਂ ਨੁਕਸਾਨ ਕਤਲ ਨਾਲ ਨਹੀਂ ਹੋਇਆ ਜਿੰਨਾ ਥੱਪੜ ਨਾਲ ਹੋ ਜਾਣਾ। ਥੱਪੜ ਮਾਰਿਆ? ਹਾਂਜੀ। ਇਹ ਕਿਵੇਂ ਹੋ ਸਕਦਾ? ਇਹ ਦੋਨੋਂ ਤਾਂ ਇੰਨੇ ਬੀਬੇ ਬੱਚੇ ਨੇ ਕਿ ਹਰ ਰੋਜ਼ ਸਵੇਰੇ ਉੱਠ ਕੇ ਆਪਣੇ ਸੀਨੀਅਰ ਕੈਦੀਆਂ ਦੇ ਪੈਰੀ ਹੱਥ ਲਾਉਂਦੇ ਨੇ। ਗੁਰੂ ਕੋਲ ਵਰਗਾ ਮਾਹੌਲ ਬਣਾਇਆ ਪਿਆ ਜੇਲ੍ਹ 'ਚ, ਥੱਪੜ ਕਿਵੇਂ ਮਾਰ ਸਕਦੇ? ਨਾ ਇਹ ਝੂਠ ਬੋਲਦੀ ਹੈ, ਆ ਵੇਖ ਲਓ ਮੂੰਹ ਤੇ ਪੰਜੇ ਦਾ ਨਿਸ਼ਾਨ ਛਪਿਆ। ਓ ਨੋ ਨਵਦੀਪ ਜੀ, ਇਹ ਗੱਲ ਤੁਸੀਂ ਪਲੀਜ਼ ਆਪਣੇ ਚਾਚਾ ਜੀ ਨਾ ਦੱਸਿਓ, ਉਹ ਤਾਂ ਪਹਿਲੇ ਦੂਜੀ ਪਾਰਟੀ ਦੇ ਪੰਜਾ ਦੇਖ ਕੇ ਉਹਨਾਂ ਨੇ ਹੋਰ ਭੜਕ ਜਾਣਾ। ਵਾਟ? ਓ ਯੈਸ, ਮੈਂ ਲਾ ਲਿਆ ਸਾਹਿਬ, ਇਹ ਉਹਨਾਂ ਦਾ ਕੋਈ ਕਸੂਰ ਨਹੀਂ, ਇਹ ਸਾਰਾ ਕਸੂਰ ਸਲਮਾਨ ਖਾਨ ਦਾ। ਜਨਾਬ ਉਹ ਕਿਵੇਂ? ਉਹਨੇ ਇੱਕ ਵਾਰੀ ਪੱਤਰਕਾਰਾਂ ਤੇ ਹੱਥ ਕੀ ਚੱਕ ਲਿਆ, ਸਾਰੇ ਸਾਲੇ ਉਹਦੀਆਂ ਰੀਸਾਂ ਕਰਨ ਲੱਗ ਗਏ। ਸਰ ਜੀ, ਜੇਲ੍ਹ ਮੰਤਰੀ ਸਾਹਿਬ ਆ ਗਏ। ਤੁਲਸੀਦਾਸ, ਮੈਨੂੰ ਅੱਗੇ ਘੱਟ ਟੈਨਸ਼ਨ ਨੇ, ਜਿਹੜਾ ਹੋਰ ਨਵਾਂ ਦੋਹਾ ਸੁਣਾਉਣ ਆ ਗਿਆ, ਟਾਈਮ ਤੋਂ ਪਹਿਲਾਂ ਹੀ ਆ ਗਏ। ਇੱਧਰ ਆਓ ਜੀ ਸਰ, ਦਰਵਾਜ਼ਾ ਥੋੜ੍ਹਾ ਛੇਤੀ ਖੋਲਿਆ ਕਰੋ, ਵੱਡੇ ਲੋਕ ਆਪ ਦਰਵਾਜ਼ਾ ਖੋਲਦੇ ਭੈੜੇ ਲੱਗਦੇ ਆ। ਲੱਗਦੇ ਤਾਂ ਹੈ ਸਰ। ਵੈਸੇ ਚੰਗਾ ਹੋਇਆ ਕਿ ਅੱਜ ਤੁਸੀਂ ਬਿਨਾਂ ਲਾਲ ਬੱਤੀ ਵਾਲੀ ਗੱਡੀ 'ਤੇ ਆਏ। ਉਹ ਵੀ ਇਹੀ ਟ੍ਰੈਂਡ ਚੱਲ ਰਿਹਾ ਜੀ, ਪੋਲੀਟੀਕਲ ਮਾਰਕੀਟ। ਮੈਨੂੰ ਤਾਂ ਘਰੇਲੂ ਮਾਰਕੀਟ ਦਾ ਪਤਾ, ਘਰਵਾਲੀ ਨੇ ਪੇਕੇ ਛੇਤੀ ਪਹੁੰਚਣਾ ਸੀਗਾ, ਲਾਲ ਬੱਤੀ ਵਾਲੀ ਗੱਡੀ ਉਹ ਲੱਗੀ, ਨਹੀਂ ਤਾਂ ਮੈਂ ਲੈ ਕੇ ਆਉਣੀ ਸੀ। ਓਹੋ, ਜੇ ਆਪੋਜੀਸ਼ਨ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨੇ ਚੱਕ ਲੈਣਾ ਕਿ ਤੁਸੀਂ ਸਰਕਾਰੀ ਗੱਡੀਆਂ 'ਚ ਘਰੇਲੂ ਕੰਮ ਕਰ ਰਹੇ ਹੋ। ਭਾਬੀ ਜੀ ਨੂੰ ਕੁਝ ਸਮਝਾਇਆ ਕਰੋ ਸਰ। ਮੈਂ ਸਮਝਦਾ ਜੀਤਾ ਜੀ, ਤੁਹਾਡੀ ਭਾਬੀ ਨੂੰ ਸਮਝਾਉਣ ਨਾਲੋਂ ਆਪਾਂ ਆਪੋਜੀਸ਼ਨ ਨੂੰ ਸਮਝਾ ਲਾਂਗੇ, ਕਿਉਂਕਿ ਤੁਹਾਡੀ ਭਾਬੀ ਨਾਲੋਂ ਵੱਡੀ ਆਪੋਜੀਸ਼ਨ ਕੋਈ ਨਹੀਂ ਹੋ ਸਕਦੀ। ਚੱਲੀਏ ਸਰ। ਮੂਸਾ ਡਰੇ ਮੌਤ ਤੋਂ ਤੇ ਮੌਤ ਮੂਹਰੇ ਖੜੀ। ਤੁਲਸੀਦਾਸ ਜੀ, ਜਨਾਬ 5-7 ਕੈਦੀਆਂ ਨੂੰ ਸਵਾਗਤ ਲਈ ਗੇਟ ਤੇ ਭੇਜ ਤੇ ਬਾਕੀਆਂ ਨੂੰ ਬੈਰਕ 'ਚ ਇਕੱਠੇ ਕਰ। ਬਿਹਤਰ ਜਨਾਬ। ਮੰਤਰੀ ਵੀ ਘਰੋਂ ਕੱਢਿਆ ਹੀ ਲੱਗਦਾ। ਜੈ ਹਿੰਦ ਸਰ ਜੀ, ਆਇਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ। ਜਲੌਰ ਸਿੰਘ ਜੀ, ਤੁਹਾਨੂੰ ਵੀ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ। ਦੇਖਿਆ ਫਿਰ ਜਿਹੜੇ ਦੋ ਬੰਦੇ ਤੁਸੀਂ ਰਿਕਮੈਂਡ ਕੀਤੇ ਸੀ, ਕਰਾਤੇ ਨਾ ਰਿਹਾ? ਖੁਸ਼ ਹੋਣ ਤਾਂ? ਬਸ ਸਰ, ਖੁਸ਼ੀ ਆ, ਪਰ ਲੱਗ ਨਹੀਂ ਰਹੇ। ਐਕਚੁਲੀ ਸਰ, ਜਿਹੜੇ ਕੈਦੀਆਂ ਨੂੰ ਤੁਸੀਂ ਰਿਹਾਅ ਕਰ ਰਹੇ ਹੋ ਉਹਨਾਂ ਨਾਲ ਮੇਰਾ ਪਿਆਰ ਹੀ ਇੰਨਾ ਪੈ ਗਿਆ ਸੀ ਕਿ ਅੱਜ ਉਹ ਜਾ ਰਹੇ ਨੇ, ਇਸ ਕਰਕੇ ਥੋੜ੍ਹਾ ਮਨ ਭਰਿਆ। ਅਦਰਵਾਈਜ਼ ਕੋਈ ਖਾਸ ਗੱਲ? ਕਦੋਂ ਤੱਕ ਦੁਖੀ ਰਹੋਗੇ? ਇਹਨਾਂ ਕੈਦੀਆਂ ਨੂੰ ਆਪਣੀਆਂ ਧੀਆਂ ਸਮਝੋ, ਸਾਰੀਆਂ ਧੀਆਂ ਨੇ ਇੱਕ ਦਿਨ ਤੁਰ ਜਾਣਾ ਹੁੰਦਾ। ਸਰ ਜੀ, ਐਂ ਇੱਕ ਇੱਕ ਕਰਕੇ ਸਾਰੀਆਂ ਧੀਆਂ ਤੁਰ ਗਈਆਂ, ਫਿਰ ਤਾਂ ਇੱਕ ਦਿਨ ਬਾਬਲ ਦਾ ਬੇੜਾ ਸੁੰਨਾ ਹੋ ਜੂ। ਬਸ ਬਚਣਗੇ ਤਾਂ 2-4 ਉਮਰ ਕੈਦ ਵਾਲੀਆਂ ਧੀਆਂ ਬਚਣਗੀਆਂ। ਜੇ ਇੰਨੀ ਦੁਖੀ ਹੋ, ਰਿਹਾਈ ਕੈਂਸਲ ਕਰਾ ਦਿੰਦੇ ਆ, ਪੇਕੇ ਬਿਠਾ ਕੇ ਰੱਖਿਓ ਫਿਰ ਆਪਣੀਆਂ ਧੀਆਂ ਨੂੰ। ਸਰ ਤੁਸੀਂ ਧੀਆਂ ਦੀ ਗੱਲ ਕਰਦੇ ਹੋ, ਉੱਥੇ ਧੀਆਂ ਦੇ ਪਿਓ ਦਾ ਨਹੀਂ ਪਤਾ ਕਿ ਸ਼ਾਮ ਤੱਕ ਉਹਨੇ ਆਪ ਪੇਕੇ ਰਹਿਣਾ ਕਿ ਨਹੀਂ ਰਹਿਣਾ। ਕੀ ਮਤਲਬ? ਸਰ ਮੇਰਾ ਮਤਲਬ ਪੇਕੇ ਆ, ਪਲੀਜ਼ ਵੈਲਕਮ ਆਓ। ਸਰ ਪਤਾ ਨਹੀਂ ਕਦੋਂ ਦੇ ਤੁਹਾਡੇ ਸਵਾਗਤ ਲਈ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ।
ਕੀ ਹਾਲ ਚਾਲ ਹੈ ਤੁਹਾਡਾ? ਕੋਈ ਪ੍ਰੋਬਲਮ ਤਾਂ ਨਹੀਂ? ਬਸ ਜੀ ਇੱਕੋ ਪ੍ਰੋਬਲਮ ਹੈ ਜੀ, ਆਹ ਗਰਮ ਪਾਣੀ ਪੀ ਪੀ ਕੇ ਸਭ ਦੀਆਂ ਆਂਦਰਾਂ ਸੜੀਆਂ ਪਈਆਂ ਨੇ ਜੀ। ਮਿਹਰਬਾਨੀ ਕਰਕੇ ਇੱਕ ਵਾਟਰ ਕੂਲਰ ਲਵਾ ਦਿਓ ਜੀ। ਪਰ ਕੂਲਰ ਆਪਾਂ ਪਿਛਲੇ ਸਾਲ ਲਵਾਏ ਤਾਂ ਸੀ। ਉਹ ਤਾਂ ਸਰ ਹਵਾ ਵਾਲੇ ਸੀ। ਹਵਾ ਤਾਂ ਠੰਡੀ ਦਿੰਦੇ ਹੀ ਹੋਣਗੇ। ਹਾਂਜੀ। ਬਸ ਫਿਰ ਇਹਨਾਂ ਨੂੰ ਗਰਮ ਪਾਣੀ ਪਿਲਾ ਕੇ ਉਹਨਾਂ ਦੇ ਮੂਹਰੇ ਬਿਠਾਓ, ਆਪ ਹੀ ਪਾਣੀ ਠੰਡਾ ਹੋ ਜੂ। ਨੋਟ ਕਰ ਲਿਆ ਜੀ, ਨੋਟ ਕਰ ਲਿਆ। ਮੈਂ ਅੱਗੇ ਵਿਧਵਾ ਆਸ਼ਰਮ ਵੀ ਜਾਣਾ, ਆਪਾਂ ਫੰਕਸ਼ਨ ਛੇਤੀ ਸ਼ੁਰੂ ਕਰੀਏ। ਸਰ ਆਪਾਂ ਫੰਕਸ਼ਨ ਐਡੀ ਜਲਦੀ ਸ਼ੁਰੂ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਸਰ ਅਜੇ ਤੱਕ ਤਾਂ ਇਹਨਾਂ ਨੇ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਕੋਈ ਸਾਂਝੀਆਂ ਕੀਤੀਆਂ ਨਹੀਂ। ਇਹ ਤਾਂ ਵਿਚਾਰੇ ਸਵੇਰ ਦੇ ਤੁਹਾਨੂੰ ਐਂ ਡੀਕਣ ਲੱਗੇ ਹੋਏ ਨੇ ਜਿਵੇਂ ਜੀਜੇ ਨੂੰ ਸਾਲੀਆਂ। ਮੇਰੇ ਕਹਿਣ ਦਾ ਮਤਲਬ ਸਰ, ਜੇ ਇਹਨਾਂ ਨੇ ਆਪਣੇ ਦਿਲ ਦੀ ਭੜਾਸ ਨਾ ਕੱਢੀਏ ਤਾਂ ਭੜਕ ਜਾਣਗੇ। ਸੋ ਸਰ ਬੇਨਤੀ ਆ ਕਿ ਸਾਡੀ ਮਜਬੂਰੀ ਸਮਝੋ। ਚਾਚਾ ਜੀ! ਉਹ ਜੇ ਮੈਂ ਤੁਹਾਡਾ ਦੂਰ ਦਾ ਚਾਚਾ ਹੈ ਤਾਂ ਮਤਲਬ ਇਹ ਥੋੜਾ ਵੀ ਦੂਰ ਖੜ ਕੇ ਆਵਾਜ਼ਾਂ ਮਾਰੋ, ਨੇੜੇ ਆ ਕੇ ਗੱਲ ਕਰੋ। ਚੱਲ ਕਿ ਮੇਰੇ ਹੀ ਇੰਟਰਵਿਊ? ਉਹੀ ਤਾਂ ਮੈਂ ਤੁਹਾਨੂੰ ਦੱਸਣਾ ਸੀ। ਮੈਂ ਇਹਨਾਂ ਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਸਾਡੇ ਕੈਦੀ ਕਦੇ ਕਦੇ ਭਟਕ ਜਾਂਦੇ ਆ, ਉਹਨਾਂ ਨੂੰ ਮਾਫ਼ ਕਰ ਦਿਓ। ਮਾਫ਼ ਕਰ ਦਿਓ? ਐਂ ਕਿਵੇਂ ਮਾਫ਼ ਕਰ ਦਿਓ? ਇਹ ਤਾਂ ਬਦਤਮੀਜ਼ੀ ਹੋਈ ਨਾ। ਨਵੀ ਬੰਦਾ ਆਪਣੇ ਹੱਥੀ ਭਟਕਦਾ ਹੈ। ਜੇਲ੍ਹ 'ਚ ਰਹਿ ਕੇ ਕੈਦੀ ਅਕਸਰ ਚਿੜਚਿੜੇ ਸੁਭਾਅ ਦੇ ਹੋ ਜਾਂਦੇ ਨੇ। ਇਦੋਂ ਪਹਿਲਾਂ ਉਹ ਭਟਕਣ, ਮੈਂ ਜਾ ਕੇ ਉਹਨਾਂ ਨੂੰ ਸ਼ਾਂਤ ਕਰਦਾ। ਅੱਛਾ, ਰਿਹਾਈ ਦੇਖ ਕੇ ਜਾਣੀ ਹੈ? ਰਿਹਾਈ ਨਹੀਂ, ਇਹ ਤਾਂ ਸਾਡੀ ਤਬਾਹੀ ਦੇਖ ਕੇ ਜਾਣਗੀਆਂ। ਹੈ ਜੀ? ਓ ਸੋਰੀ, ਮੈਂ ਸਮਝਾ ਤੁਲਸੀਦਾਸ। ਤੁਸੀਂ ਮਨਪ੍ਰੀਤ ਦੇ ਸਵਾਗਤ ਲਈ ਬਾਹਰੋਂ ਫੁੱਲ ਫਲ ਤਾਂ ਮੰਗਾ ਲੈਣੇ ਸੀ? ਬਾਹਰੋਂ ਤਾਂ ਹੋਰ ਵੀ ਬਥੇਰਾ ਕੁਛ ਮੰਗਾਇਆ, ਹਜੇ ਰਾਹ 'ਚ ਹੀ ਆ। ਤੁਸੀਂ 15 ਮਿੰਟ ਪਹਿਲਾਂ ਜੋ ਆ ਗਏ। ਅੱਛਾ, ਬਸ ਬਸ ਬਸ। ਮੇਰੇ ਕੈਦੀ ਸਾਥੀਓ, ਸਭ ਤੋਂ ਪਹਿਲਾਂ ਮੇਰੇ ਵੱਲੋਂ ਆਪ ਸਭ ਨੂੰ ਵਿਸਾਖੀ ਦੇ ਮੌਕੇ 'ਤੇ ਬਹੁਤ ਬਹੁਤ ਮੁਬਾਰਕਾਂ। ਮੈਨੂੰ ਜੇਲਰ ਸਾਹਿਬ ਨੇ ਦੱਸਿਆ ਸੀ ਵੀ ਤੁਸੀਂ ਸਾਰੇ ਮੇਰੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦੇ ਹੋ। ਖੁੱਲ੍ਹ ਕੇ ਬੋਲੋ। ਮੰਤਰੀ ਜੀ, ਮੰਤਰੀ ਜੀ! ਇੱਕ ਮਿੰਟ, ਆਉਣ ਦਿਓ ਇਹਨਾਂ ਨੂੰ, ਬੋਲੋ। ਮੰਤਰੀ ਜੀ, ਅਸੀਂ ਆਪਣੀ ਗਲਤੀ ਲਈ ਸ਼ਰਮਿੰਦਾ, ਸਾਨੂੰ ਮਾਫ਼ ਕਰ ਦਿਓ। ਦੇਖੋ, ਇਨਸਾਨ ਗਲਤੀਆਂ ਦਾ ਪੁਤਲਾ, ਜੇ ਪੁਤਲੇ 'ਚੋਂ ਫੂਕ ਨਿਕਲ ਜੇ ਫਿਰ ਪੁਤਲਾ ਇੱਥੇ ਰੱਖ ਕੇ ਫੂਕਣਾ। ਤੁਸੀਂ ਆਪਣੀ ਗਲਤੀ ਮੰਨੀ, ਇਸ ਗੱਲ ਦਾ ਮੈਨੂੰ ਤੁਹਾਡੇ 'ਤੇ ਮਾਣ ਹੈ। ਮੰਤਰੀ ਸਾਹਿਬ, ਜਿਹੜੀ ਅੱਜ ਰਿਹਾਈ ਹੋਣੀ ਆ, ਉਹ ਕੈਂਸਲ ਤਾਂ ਨਹੀਂ ਨਾ ਹੋਣੀ? ਲੈ ਦੱਸ, ਕੈਂਸਲ ਕਿਉਂ ਹੋਣੀ ਹੈ? ਬਲਕਿ ਰਿਹਾਈ ਮੈਂ ਆਪਦੇ ਕਰਕਮਲਾਂ ਨਾਲ ਕਰਕੇ ਜਾਊਂਗਾ, ਤਾਂ ਕਿ ਜੇਲ੍ਹ ਦੇ ਵਿੱਚ ਬਾਕੀ ਕੈਦੀਆਂ ਨੂੰ ਉਤਸ਼ਾਹ ਮਿਲੇ। ਜੇ ਅੱਜ ਸਰਕਾਰ ਚੰਗੇ ਵਰਤਾਵੇ ਕਰਕੇ ਜੇਲ੍ਹ ਦੇ ਵਿੱਚੋਂ 2 ਕੈਦੀਆਂ ਨੂੰ ਰਿਹਾ ਕਰ ਸਕਦੀ ਹੈ ਤੇ ਕੱਲ ਨੂੰ 4 ਨੂੰ ਵੀ ਕਰ ਸਕਦੀ ਹੈ। ਜੇ ਜੇਲ੍ਹ 'ਚ ਆਇਆ, ਇੱਕ ਛੋਟਾ ਜਿਹਾ ਪਰਪਕਾਰ ਹੋਰ ਕਰ ਜਾਓ, ਆਪਣੇ ਘਰ ਕਮਲਾਂ ਨਾਲ ਇੱਕ ਅੱਧਾ ਬੂਟਾ ਹੀ ਲਾ ਜਾਓ। ਕਿਹੜੇ ਤੁਸੀਂ ਬੂਟਿਆਂ ਬਾਟਿਆਂ ਵਾਲੇ ਚੱਕਰ 'ਚ ਪਈ ਜਾਂਦੇ ਹੋ? ਮੈਂ ਬਲਕਿ 3-4 ਬੂਟੇ ਘਰੇ ਪੱਟ ਕੇ ਮੇਰੇ ਪੈਰਾਂ 'ਚ ਫਸੀ ਜਾਂਦੇ ਸੀ। ਸਰ, ਇਹਦਾ ਮਤਲਬ ਤੁਸੀਂ ਗਰੋ ਗ੍ਰੀਨ ਮੂਵਮੈਂਟ ਦੇ ਅਗੇਂਸਟ ਹੋ? ਇਹ ਕੀ ਹੁੰਦਾ ਸਰ? ਸਰ, ਇਹ ਵੀ ਬੂਟੇ ਲਾਉਣ ਵਾਲਾ ਮਹਿਕਮਾ ਹੁੰਦਾ, ਤੁਸੀਂ ਉਹੀ ਬਿਨਾਂ ਸੋਚੇ ਸਟੇਟਮੈਂਟ ਦੇਈ ਜਾਂਦੇ ਹੋ। ਐਂ ਕਰੋ, ਹੁਣ ਬੂਟਿਆਂ ਦੇ ਹੱਕ 'ਚ 2-4 ਗੱਲਾਂ ਕਰੋ, ਨਾਲੇ ਜਿਹੜਾ ਬੂਟਾ ਸਵੇਰੇ ਪੱਟਿਆ ਸੀ ਨਾ, ਹੁਣ ਲਾ ਕੇ ਜਾਓ। ਉਹ ਅੱਛਾ ਜੀ,
ਇਹ ਤਾਂ ਸੁਣਿਆ ਸੀ ਵੀ ਜੋ ਬੀਜਿਆ ਉਹ ਵੱਢਣਾ ਪੈਣਾ, ਪਰ ਜੋ ਪੱਟਿਆ ਉਹ ਗੱਡਣਾ ਹੀ ਪੈਣਾ ਅੱਜ ਪਤਾ ਲੱਗਿਆ। ਚਲੋ ਮੰਗਾਓ ਵੀ ਬੂਟਾ। ਬਾਦ ਸਿੰਘ ਸਰ, ਕੋਈ ਬੂਟਾ ਲੈ ਕੇ। ਬੂਟਾ? ਅਸੀਂ ਕਿਹੜਾ ਕੋਈ ਜੇਲ੍ਹ 'ਚ ਬੂਟਾ ਮੰਗਾਇਆ ਹੋਇਆ ਹੈ? ਉਹ ਕੋਈ ਪੁਰਾਣਾ ਲੱਗਿਆ ਹੋਇਆ ਪੱਟ ਲਿਆਓ, ਬਸ ਬੂਟਾ ਲੈ ਆਓ ਜਲਦੀ, ਜਿਵੇਂ ਮਰਜ਼ੀ ਲੈ ਆਓ। ਦੇਖਦਾ। ਹਟੋ ਪਰੇ, ਹਟੋ ਪਰੇ। ਮਿਲ ਗਿਆ ਸਰ, ਆ ਲਿਆ ਹੈ ਬੂਟਾ। ਇਹ ਕਿੱਥੋਂ ਪੱਟ ਲਿਆ? ਮੈਂ ਕਦੇ ਜੇਲ੍ਹ 'ਚ ਤਾਂ ਦੇਖਿਆ ਨਹੀਂ ਇਹ। ਸਰ ਤੁਹਾਡੇ ਆਫਿਸ 'ਚ ਪਿੱਛੇ ਪਿਆ ਸੀ ਮੇਜ਼ 'ਤੇ। ਓਏ ਮੂਰਖਾ, ਇਹ ਨਕਲੀ ਹੈ ਪਲਾਸਟਿਕ ਦਾ। ਸਰ ਮੋਇਆ ਨੂੰ ਪਤਾ ਲੱਗਣਾ ਹੈ ਪਲਾਸਟਿਕ ਦਾ। ਮੈਂ ਆਹ ਦੇਖੋ ਜੜਾ ਟੱਕ ਲਿਆ ਹੈ ਮਿੱਟੀ ਨਾਲ। ਉਹ ਲੋਕੀ ਉੱਪਰ ਮੇਕਅਪ ਕਰਦੇ ਆ, ਸਾਲਾ ਥੱਲੇ ਕਰ ਲਿਆ। ਓਏ ਉਹਨੂੰ ਖੁਸ਼ਬੂ ਤੋਂ ਨਹੀਂ ਪਤਾ ਲੱਗੂ? ਸਰ ਮੈਂ ਅਗਰਬੱਤੀ ਦਾ ਗੇੜਾ ਦਵਾ ਕੇ ਲਿਆ। ਗਾਲ ਪਾ ਦਿਓ ਜੇ ਕਿਸੇ ਨੂੰ ਪਤਾ ਲੱਗ ਜਾਏ ਨਕਲੀ ਹੈ। ਲਿਆਓ ਜੀ ਬੂਟਾ, ਲਿਆਓ ਜਲਦੀ। ਆਇਆ ਸਰ। ਲਿਆਓ 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 ਲਿਆਓ, ਹੁਣ ਹੱਥਾਂ 'ਚ ਵੱਡਾ ਕਰਨਾ ਇਹ। ਲਓ ਸਰ। ਓਏ ਹੋਏ ਹੋਏ, ਮੇਰੇ ਵਤਨ ਦੇ ਬੂਟੇ, ਇਹਨਾਂ ਦੀ ਖੁਸ਼ਬੂ ਹੋ ਗਈ ਧੂਫ ਤੇ ਅਗਰਬੱਤੀਆਂ ਦੀ ਖੁਸ਼ਬੂ ਵੀ ਫੇਲ ਹੈ। ਐਕਚੁਅਲੀ ਛੋਟੇ ਹੁੰਦੇ ਤੋਂ ਸਾਨੂੰ ਬੂਟਿਆਂ ਨਾਲ ਬਹੁਤ ਪਿਆਰ ਸੀ। ਤੁਸੀਂ ਯਕੀਨ ਮੰਨਿਓ, ਸ਼ਹੀਦੇ ਮੁਹੱਬਤ ਬੂਟਾ ਸਿੰਘ ਫਿਲਮ ਮੈਂ ਇਸ ਕਰਕੇ ਦੇਖੀ ਸੀ ਵੀ ਸ਼ਾਇਦ ਬੂਟਿਆਂ 'ਤੇ ਬਣੀ ਹੋਈ ਹੈ, ਪਰ ਅਫਸੋਸ ਉਹ ਬੰਦਿਆਂ 'ਤੇ ਬਣੀ ਹੋਈ ਸੀ। ਪਲੀਜ਼ ਸਰ, ਤੁਸੀਂ ਬੂਟਾ ਲਾਓ ਸਰ। ਆਓ ਆਓ, ਲੇਟ ਹੋ ਰਿਹਾ ਨਾ। ਲਾ ਦਿਓ ਸਰ। ਪਾਣੀ ਫੜਾਓ ਸਰ। ਵੈਸੇ ਤਾਂ ਇਸ ਬੂਟੇ ਨੂੰ ਪਾਣੀ ਦੀ ਲੋੜ ਨਹੀਂ, ਵਾਟਰਪਰੂਫ ਆ, ਪਰ ਫਿਰ ਵੀ ਜੇ ਤੁਸੀਂ ਕਹਿੰਦੇ ਹੋ ਪਾ ਦਿਓ। ਮੇਰੇ ਪਿਆਰੇ ਕੈਦੀਓ, ਮੈਂ ਅੱਜ ਇੱਕ ਤੁਹਾਡੇ ਨਾਲ ਵਾਅਦਾ ਕਰਦਾ ਵੀ ਜਿਹੜਾ ਅੱਜ ਮੈਂ ਬੂਟਾ ਲਾਇਆ ਇਹਦੇ ਵੱਡੇ ਹੋਣ ਤੋਂ ਪਹਿਲਾਂ ਮੈਂ ਤੁਹਾਡੇ ਵਿੱਚੋਂ ਅੱਧੇ ਕੈਦੀਆਂ ਨੂੰ ਰਿਹਾਈ ਦਵਾਵਾਂਗਾ। ਫਿਰ ਤਾਂ ਸਾਰੇ ਇੱਥੇ ਹੀ ਮਰਨਗੇ। ਚਲੀਏ ਆਪਾਂ ਫੰਕਸ਼ਨ ਸ਼ੁਰੂ ਕਰੀਏ। ਚਲੋ ਸਰ, ਤੁਹਾਡੇ ਨਾਲ ਇੱਕ ਪਰਸਨਲ ਗੱਲ ਕਰਨੀ ਸੀ। ਹੁਣ ਕੀ ਹੋ ਗਿਆ? ਸਰ ਜਿਹੜੇ ਕੈਦੀਆਂ ਨੂੰ ਆਪਾਂ ਰਿਹਾਅ ਕਰ ਰਹੇ ਹਾਂ ਉਹਨਾਂ ਵੱਲੋਂ ਇੱਕ ਛੋਟੀ ਜਿਹੀ ਗੁਜ਼ਾਰਿਸ਼ ਆ ਕਿ ਸਾਡੇ ਨਾਲ ਗੱਲ ਕਰਕੇ ਦੇਖਿਓ, ਜੇ ਸਾਨੂੰ ਅੱਜ ਵਿਸਾਖੀ ਦੀ ਥਾਂ 'ਤੇ ਉਹ 1 ਮਈ ਲੇਬਰ ਡੇ ਵਾਲੇ ਦਿਨ ਛੱਡ ਦੇਣ ਤਾਂ ਕਿੰਨਾ ਚੰਗਾ ਹੋਏਗਾ। ਉਹ ਕਿਉਂ? ਦੋਨੇ ਦਿਹਾੜੀਦਾਰ ਨੇ ਨਾ, ਉਹਨਾਂ ਦਾ ਲੈਣ ਦੇਣ ਫਸਲਾਂ ਨਾਲ ਘੱਟ ਅਤੇ ਲੇਬਰ ਡੇ ਨਾਲ ਵੱਧ। ਜਲੌਰ ਸਿੰਘ ਜੀ, ਸਰਕਾਰੀ ਕੰਮ ਐਂ ਨਹੀਂ ਚੱਲਦੇ ਹੁੰਦੇ। ਸਰ ਇੱਕ ਵਾਰੀ ਚਲਾ ਕੇ ਤਾਂ ਦੇਖੋ ਕਿੰਨਾ ਚੰਗਾ ਹੋਊਗਾ, ਜੇ ਆਪਾਂ ਨਰਾਤਿਆਂ 'ਤੇ ਮਾਤਾ ਦੇ ਭਗਤ ਛੱਡਦਿਆ ਕਰੀਏ, ਦੀਵਾਲੀ ਨੂੰ ਹਲਵਾਈ ਛੱਡਦਿਆ ਕਰੀਏ, ਅਤੇ ਤੀਆਂ 'ਤੇ ਚੁੰਨੀਆਂ ਰੰਗ ਨਾਲੇ ਲਲਾਰੀ। ਸ਼ਾਬਾਸ਼, ਕੱਲ੍ਹ ਨੂੰ ਕਹੋਗੇ ਕਰਵਾ ਚੌਥ 'ਤੇ ਸਾਰੇ ਪਤੀ ਛੱਡ ਦਿਓ, ਚੰਨ ਦੇਖ ਕੇ ਮੁੜੇ ਆਉਣਗੇ। ਫੰਕਸ਼ਨ ਸ਼ੁਰੂ ਕਰਨਾ ਜਾਂ ਅਸੀਂ ਜਾਈਏ? ਸੋਰੀ ਸਰ, ਐਕਚੁਅਲੀ ਮੈਂ ਕੈਦੀਆਂ ਬਾਰੇ ਥੋੜ੍ਹਾ ਵੱਧ ਹੀ ਸੋਚ ਜਾਂਦਾ, ਬਸ ਉਹੀ ਨਹੀਂ ਕਦੇ ਮੇਰੇ ਬਾਰੇ ਸੋਚ।